ਅੱਜ ਹੀ ਮੇਰੀ ਵੀਕਲੀ ਰੈਸਟ ਸੀਗੀ ਠੀਕ ਹੈ ਮੈਂ ਥਾਣਾ ਮੋਲ ਟਾਊਨ ਚ ਲੱਗੀ ਹੋਈ ਹਾਂ ਮੋਲ ਟਾਊਨ ਲੁਧਿਆਣਾ ਲੁਧਿਆਣਾ ਠੀਕ ਹੈ ਸੀਸੀਟੀ ਨਾਲ ਸਪੋਰਟਰ ਐਜ਼ ਅ ਵਰਕ ਕਰਦੀ ਹਾਂ ਓਕੇ ਜੀ ਮੇਰਾ 4 ਸਾਲ ਦਾ ਬੇਟਾ ਹੈ 2012 ਚ ਮੇਰੀ ਇਹਨਾਂ ਨਾਲ ਮੈਰਿਜ ਹੋਈ ਹੈ ਓਕੇ ਜੀ ਠੀਕ ਹੈ ਹਾਂਜੀ ਅਸੀਂ ਅੱਜ ਸ਼ਾਮ ਨੂੰ ਮੇਰੀ ਮਦਰ ਇਨ ਲਾ ਨੂੰ ਬੇਟੇ ਨੂੰ ਛੱਡ ਕੇ ਅਸੀਂ ਘਰ ਆ ਰਹੇ ਸੀਗੇ ਟਾਈਮ ਹੋ ਗਿਆ ਸੀਗਾ 9:30 ਦਾ ਜੀ ਮੈਂ ਇਹਨਾਂ ਨੂੰ ਕਿਹਾ ਰੋਟੀ ਨਹੀਂ ਬਣਾਣੀ ਹੈਗੀ ਹਾਂਜੀ ਇੱਥੇ ਦੇਖ ਲਓ ਹਾਈਵੇ ਤੇ ਮੋਸਟਲੀ ਕਈ ਢਾਬੇ ਖੁੱਲੇ ਹੋਏ ਨੇ ਤੁਹਾਨੂੰ ਪਤਾ ਹੋਣਾ ਬਿਲਕੁਲ ਜੀ 2-4 ਖੁੱਲੇ ਹੋਏ ਨੇ ਮੈਂ ਉੱਥੇ ਹੀ ਆਈ ਆ ਠੀਕ ਹੈ ਇਹ ਕਹਿੰਦੇ ਵੀ ਇੱਧਰ ਨੂੰ ਆਪਾਂ ਹੁਸ਼ਿਆਰਪੁਰ ਦਾ ਰੋਡ ਆ ਜੇ ਇੱਥੇ ਕੋਈ ਮਿਲ ਜਾਂਦਾ ਵਾ ਤੇ ਆਪਾਂ ਇੱਥੇ ਸਬਜ਼ੀ ਜਾਂ ਰੋਟੀ ਲੈ ਕੇ ਘਰ ਜਾ ਕੇ ਖਾਗੇ ਇਸ ਮਾਰਨਿੰਗ ਮੇਰੀ ਸ਼ਿਫਟ ਹੈਗੀ ਆ ਓਕੇ ਜੀ ਇੰਨੀ ਗੱਲ ਹੋਈ ਆ ਅਸੀਂ ਟਰਨ ਕੀਤਾ ਇਹਨਾਂ ਨੇ ਰੋਕਿਆ ਸਾਨੂੰ ਠੀਕ ਹੈ ਆ ਗੱਡੀ ਵੀ ਖੜੀ ਕੀਤੀ ਉਹ ਮੇਰੀ ਗੱਡੀ ਉਹ ਖੜੀ ਪਿੱਛੇ ਅੱਛਾ ਠੀਕ ਹੈ ਇਹਨਾਂ ਨੇ ਰੋਕਿਆ ਸਰ ਨੇ ਹਾਂਜੀ ਇਹ ਰੁਕੇ ਦੇਖੋ ਐਜ਼ ਅ ਵਾਈਫ ਇਹਨਾਂ ਨੂੰ ਮੈਨੂੰ ਕਿਹਾ ਤੁਸੀਂ ਅੰਤੂ ਅੰਦਰ ਬਹਿ ਜਾ ਮੈਂ ਗੱਲ ਕਰ ਲੈਣਾ ਠੀਕ ਹੈ ਜੀ ਸ਼ਾਇਦ ਇਹਨਾਂ ਨੂੰ ਮਿਸ ਗਲਤੀ ਹੋਈ ਕਿ ਅਸੀਂ ਦੋਨੇ ਗਰਲਫ੍ਰੈਂਡ ਬॉयਫ੍ਰੈਂਡ ਆ ਅੱਛਾ ਜੀ ਜੋ ਸੱਚਾਈ ਮੈਂ ਉਹ ਦੱਸੂਗੀ ਠੀਕ ਹੈ ਜੀ ਇਹਨਾਂ ਨੇ ਰੋਕਿਆ ਉੱਥੇ ਪਿੱਛੇ ਹੀ ਖੜ ਕੇ ਆ ਜਿਹੜੇ ਸਰ ਨੇ ਚੌਂਕੀ ਇੰਚਾਰਜ ਨੇ ਮੈਨੂੰ ਨਹੀਂ ਪਤਾ ਕੌਣ ਨੇ ਸਰ ਮੈਨੂੰ ਨਾਮ ਵੀ ਇਹਨਾਂ ਦਾ ਪਤਾ ਨਹੀਂ ਅੱਛਾ ਜੀ ਇਹਨਾਂ ਨੂੰ ਸਿੱਧਾ ਤੂੰ ਤੜਕ ਬਾਕੀ ਸਰ ਨੇ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਪਿੱਛੇ ਦੋ ਸਰ ਨੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਹੈਗੀ ਸਿਰਫ ਆ ਸਰ ਆਏ ਇਹਨਾਂ ਨੇ ਚੱਕ ਕੇ ਇਹਨਾਂ ਨੂੰ ਥੱਪੜ ਮਾਰਿਆ ਮੈਂ ਇਦਾਂ ਵਿੱਚ ਆਈ ਮੈਂ ਮਾਰ ਮਾਰ ਖੂਨ ਕੱਢਿਆ ਯਾਰ ਦੇਖੋ ਥੱਪੜ ਮਾਰਿਆ ਠੀਕ ਹੈ ਨਾ ਤਾਂ ਡਰਿੰਕ ਕਰਦੇ ਆ ਸਪੋਰਟਸਮੈਨ ਨੇ ਅੱਛਾ ਜੀ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨੇ ਮੈਂ ਖੁਦ ਇੰਟਰਨੈਸ਼ਨਲ ਲੈਵਲ ਦੀ ਪਲੇਅਰ ਆ ਕਾਦੇ ਪਲੇਅਰ ਹੋ ਜੀ ਤੁਸੀਂ ਬਾਕਸਿੰਗ ਦੇ ਬਾਕਸਿੰਗ ਦੇ ਠੀਕ ਹੈ ਇਹ ਖੁਦ ਆਏ ਇੱਥੇ ਇਹਨਾਂ ਨੇ ਥੱਪੜ ਮਾਰਿਆ ਉਹ ਬਾਜੂ ਨੂੰ ਚੱਕ ਕੇ ਡੰਡਾ ਮਾਰਿਆ ਫਿਰ ਮੇਰੇ ਹਸਬੰਡ ਇੱਥੋਂ ਭੱਜੇਗਾ ਇਹਨਾਂ ਨੇ ਇੱਥੇ ਮੇਰੇ ਗਿੱਟ ਤੇ ਮਾਰੀ ਆ ਦੇਖ ਲਓ ਮੈਂ ਦਿਖਾ ਦੂੰਗੀ ਆ ਦੇਖ ਲਓ ਮੇਰੇ ਮਾਰੀ ਇਹਨਾਂ ਡੰਡੇ ਮਾਰੇ ਜਦ ਤੱਕ ਮੁਲਾਜ਼ਮ ਵਿੱਚ ਸਰ ਰਿਕੁਐਸਟ ਕਰਨੀ ਚੀਕਾਂ ਹੀ ਮਾਰ ਸਕਦੀ ਮੈਂ ਕੁਝ ਨਹੀਂ ਕਰ ਸਕਦੀ ਉਹ ਵੀ ਮੇਰੇ ਮੁਲਾਜ਼ਮ ਨੇ ਮੈਂ ਵੀ ਉਹਨਾਂ ਦੇ ਡਿਪਾਰਟਮੈਂਟ ਦਾ ਹਿੱਸਾ ਵਾਂ ਪਰ ਕਮ ਸੇ ਕਮ ਪੂਰੀ ਗੱਲ ਤਾਂ ਸੁਣ ਲਓ ਇਹ ਥੋੜਾ ਮਤਲਬ ਕਿ ਤੁਸੀਂ ਮਾਰਨਾ ਸ਼ੁਰੂ ਕਰਤਾ ਠੀਕ ਹੈ ਜੇ ਮੰਨ ਮੈਂ 1% ਇਹਨਾਂ ਦੀ ਕਹਿੰਦੀ ਇਹਨਾਂ ਦੀ ਗਲਤੀ ਆ ਠੀਕ ਹੈ ਮੈਂ ਹੱਥ ਜੋੜਤੇ ਸਰ ਜੋ ਵੀ ਹੈ ਤੁਸੀਂ ਗੱਲ ਕਰੋ ਬਟ ਉਸ ਵਕਤ ਸਰ ਨੇ ਵੀ ਡ੍ਰਿੰਕ ਕੀਤੀ ਹੋਈ ਆ ਇਹਨਾਂ ਦਾ ਮੁਲਾਜ਼ਾ ਕਰਾ ਲਓ ਤੇ ਉਹਨਾਂ ਦਾ ਮੁਲਾਜ਼ਾ ਕਰਾ ਲਓ ਬਸ ਗੱਲ ਮੈਂ ਇੰਨੀ ਗੱਲ ਕਹੂੰਗੀ ਬਾਜੀ ਕੋਈ ਗੱਲ ਨਹੀਂ ਸੀਗੀ ਇਹਨਾਂ ਨੇ ਗੱਡੀ ਦੀ ਚਾਬੀ ਕੱਢ ਲਈ ਵੈਰੀਫਾਈ ਕਰ ਰਹੇ ਸੀ ਕਿ ਨਹੀਂ ਮੈਂ ਆ ਬਿਨਾਂ ਗੱਲ ਤੇ ਤੁਹਾਨੂੰ ਮਾਰਨਾ ਸ਼ੁਰੂ ਕਰਤਾ ਨਾ ਗੱਲ ਕੀ ਹੋਈ ਇਹਨਾਂ ਦੋਨਾਂ ਦੀ ਆਪਸ 'ਚ ਗੱਲ ਹੋਈ ਆ ਸਰ ਕੀ ਗੱਲਬਾਤ ਹੋਈ ਜੀ ਸਰ ਜੀ ਮੇਰੀ ਗੱਲ ਸੁਣੋ ਮੈਨੂੰ ਸਰ ਕਹਿੰਦੇ ਵੀ ਇਦਾਂ ਕਿਦਾਂ ਖੜਤਾ ਮੈਂ ਹੁਣ ਮੈਂ ਨਾ ਬਾਹਰ ਨਿਕਲਿਆ ਬੈਲਟ ਨੂੰ ਮੈਂ ਐ ਕੀਤਾ ਬਸ ਕਿ ਤੂੰ ਐ ਕਰਨ ਨੂੰ ਕਰਨਾ ਚੋੜਾ ਕਰਨ ਨੂੰ ਪੈਂਦੇ ਨੇ ਚਪੇੜ ਮਾਰ ਦੀ ਬਸ ਇਹ ਤੋਂ ਗੱਲ ਵਿੱਚ ਪੇੜਾ ਮਾਰ ਦੇ ਮੈਂ ਡੰਡੇ ਡੁੰਡੇ ਆ ਵੇਖੋ ਜੀ ਸਰ ਸਾਨੂੰ ਇਹ ਨਹੀਂ ਪਤਾ ਸਾਨੂੰ ਇੱਥੇ ਆਲੇ ਦੁਆਲੇ ਕਿਸੇ ਨੇ ਕਾਲ ਕੀਤਾ ਅਸੀਂ ਡਾਇਰੈਕਟ ਸਰ ਨੂੰ ਕਾਲ ਕੀਤਾ ਸਾਨੂੰ ਪਤਾ ਨਹੀਂ ਕਿ ਮੌਕੇ ਤੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਬਟ ਅਸੀਂ ਮੌਕੇ ਤੇ ਪਹੁੰਚੇ ਕਿ ਇਸ ਦੇ ਰਿਲੇਟਡ ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਰ ਪੂਰਾ ਪੈਗ ਲੱਗੇ ਹੋਏ ਜੀ ਇਹਨਾਂ ਦੇ ਮਾਰਨੇ ਸ਼ੁਰੂ ਕਰਦੇ ਆ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਗੱਲ ਪ੍ਰੋਪਰ ਬਾਜੀ ਵੈਰੀਫਾਈ ਕਰੋ ਜੋ ਅਸੀਂ ਗਲਤ ਹੈਗੇ ਆ ਮੈਂ ਖੁਦ ਹੱਥ ਜੋੜੇ ਗਲਤੀ ਮੰਨੂੰਗੀ ਵੀ ਹਾਂ ਮੇਰੀ ਗਲਤੀ ਹੈਗੀ ਪਰ ਅੱਜ ਗਲਤੀ ਨਹੀਂ ਸੀਗੀ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਠੀਕ ਹੈ ਉਹ ਮੇਰੇ ਹੀ ਮੁਲਾਜ਼ਮ ਨੇ ਠੀਕ ਹੈ ਮੈਂ ਉਹਨਾਂ ਦੀ ਜੂਨੀਅਰ ਆ ਇਸ ਵਕਤ ਇੱਥੇ ਪਰ ਲੇਕਿਨ ਗਲਤੀ ਅੱਜ ਸਰ ਦੀ ਸੀ ਠੀਕ ਹੈ ਹੁਣ ਕਿਉਂ ਉਹਨਾਂ ਨੇ ਆਪਣੀ ਨੰਬਰ ਪਲੇਟ ਕਿਉਂ ਨੇਮ ਪਲੇਟ ਕਿਉਂ ਲਾਤੀ ਆ ਮੈਂ ਲਾਈ ਹੋਈ ਹੈ ਨੇਮ ਪਲੇਟ ਪ੍ਰੋਪਰਲੀ ਵੈਰੀਫਾਈ ਕੋਈ ਨਹੀਂ ਜੀ ਕੋਈ ਨਾ ਕੋਈ ਨਾ ਕੋਈ ਨਾ ਮੇਰੀ ਬੰਕ ਕਰ ਲਈ ਕੋਈ ਨਹੀਂ ਛੱਡੋ ਹੱਥੋਂ ਪਾਈ ਹੱਥੋਂ ਉਹਨਾਂ ਦਾ ਹੱਥੋਂ ਪਾਈ ਆਹੋ ਮੈਂ ਦਹਾਂ ਜਣਾ ਥੋਬਾ ਜੀ ਦੂੰਗਾ ਨਾ ਹੱਥੋਂ ਪਾਈ ਸਰ ਦਹਾਂ ਜਣਾ ਨਾ ਥੋਬਾ ਕੀ ਤੇ ਬੋਲਿਆ ਤੋ ਤੁਸੀਂ ਕੀ ਬੋਲੇ ਸੀ ਆ ਕੇ ਇਹਨਾਂ ਨੂੰ ਰੋਕਿਆ ਜੀ ਹਾਂਜੀ ਸਰ ਠੀਕ ਹੈ ਜੀ ਹਾਂਜੀ ਇਹ ਆ ਕੇ ਜਦੋਂ ਸਾਈਡ ਦੇ ਉੱਤੇ ਸਰ ਹੁਣ ਕਹਿੰਦੇ ਵੀ ਚੈੱਕ ਕਰੋ ਠੀਕ ਹੈ ਇਹ ਬਾਹਰ ਆਏ ਆ ਆਪਾਂ ਇਹਨਾਂ ਨੂੰ ਪੁੱਛਿਆ ਵੀ ਹਾਂਜੀ ਸਰ ਤੁਸੀਂ ਕਿਧਰੋਂ ਡਿਊਟੀ ਆਫ ਕਰਕੇ ਆਏ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਆਪਣੇ ਸਖਰਾਜ ਜੀ ਹੁਣੀ ਬਾਹਰ ਨਿਕਲੇ ਹਾਂਜੀ ਅਸੀਂ ਕਹਿੰਦੇ ਜੀ ਮਾਤਾ ਜੀ ਉਹਨਾਂ ਨੂੰ ਛੱਡ ਕੇ ਆਏ ਆ ਅੰਮ੍ਰਿਤਸਰ ਠੀਕ ਹੈ ਜੀ ਅੰਮ੍ਰਿਤਸਰ ਅਸੀਂ ਛੱਡ ਕੇ ਆਏ ਆ ਤੇ ਇੱਧਰ ਅਸੀਂ ਖਾਣਾ ਲੈਣ ਆ ਰਹੇ ਸੀਗੇ ਸਰ ਉਹਨਾਂ ਨੇ ਪੁੱਛਿਆ ਵੀ ਇਧਰੋਂ ਕਿਹੜਾ ਅੰਮ੍ਰਿਤਸਰ ਦਾ ਰੋਡ ਆ ਵੀ ਜਿਹੜਾ ਤੁਸੀਂ ਅੰਮ੍ਰਿਤਸਰੋਂ ਛੱਡ ਕੇ ਆਏ ਆ ਠੀਕ ਹੈ ਜੀ ਠੀਕ ਹੈ ਜੀ ਇਹ ਬਾਹਰ ਹੋ ਕੇ ਬਾਹਰ ਨਿਕਲ ਕੇ ਤੇ ਬੋਲਣ ਲੱਗ ਪਏ ਕਹਿੰਦੇ ਜੀ ਅਸੀਂ ਅੰਮ੍ਰਿਤਸਰ ਆਏ ਆ ਅਸੀਂ ਰੋਟੀ ਖਾਣ ਚੱਲੇ ਮਤਲਬ ਇਹਦੇ ਬਿਆਨ ਇਧਰ ਉਧਰ ਹੋਣੇ ਸ਼ੁਰੂ ਹੋ ਗਏ ਠੀਕ ਆ ਉਹ ਸਰ ਉਹਨਾਂ ਨੂੰ ਲੱਗਾ ਕਿ ਬਈ ਇਹ ਡਾਊਟਫੁਲ ਬੰਦੇ ਆ ਬਈ ਸਾਨੂੰ ਵੈਰੀਫਾਈ ਕਰਨੇ ਚਾਹੀਦੇ ਆ ਠੀਕ ਆ ਸਰ ਇਹਨਾਂ ਨੇ ਮੁੜ ਕੇ ਉਹਨਾਂ ਦਾ ਆਈ ਕਾਰਡ ਮੰਗਿਆ ਵਾ ਇਹ ਕਹਿੰਦੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਮੁਲਾਜ਼ਮ ਹੋ ਇਹ ਅੱਗੋਂ ਉਲਟਾ ਕਹਿੰਦਾ ਜੀ ਮੈਂ ਆਪਣਾ ਆਈ ਕਾਰਡ ਨਹੀਂ ਦਿਖਾਣਾ ਪਹਿਲਾਂ ਮੈਨੂੰ ਤੁਸੀਂ ਆਪਣਾ ਆਈ ਕਾਰਡ ਦਿਖਾਓ ਵੀ ਤੁਸੀਂ ਇੱਥੇ ਨਾਕਾ ਤੁਹਾਡਾ ਲੱਗਾ ਵੀ ਹੈ ਕਿ ਬਈ ਤੁਸੀਂ ਐਵੇਂ ਹੀ ਖੜੇ ਆ ਠੀਕ ਹੈ ਜੀ ਇਹਨੇ ਸਾਤੋਂ ਮਤਲਬ ਔਨ ਡਿਊਟੀ ਬੰਦੇ ਤੋਂ ਆਈ ਕਾਰਡ ਮੰਗਿਆ ਵਾ ਅਸੀਂ ਵੈਰੀਫਾਈ ਕਰਨਾ ਚਾਹੁੰਦੇ ਸੀ ਅਸੀਂ ਇਹਨੂੰ ਆਈ ਕਾਰਡ ਮੰਗਿਆ ਇਹਨੇ ਆਪਣਾ ਆਈ ਕਾਰਡ ਨਹੀਂ ਦਿਖਾਇਆ ਇਹ ਉਲਟਾ ਸਾਨੂੰ ਕਹਿੰਦਾ ਸੀਗਾ ਬਈ ਆਈ ਕਾਰਡ ਤੁਸੀਂ ਆਪਣਾ ਦਿਖਾਓ
ठीक है जी। इन्ने दे विच इह फिर वातावा बोलन लग पिया। मैं इहनूं कहा, मैं कहा इंचार्ज साहब आ ध्यान नाल गल कर। कहिंदा इंचार्ज साहब आ ते कहिंदा तुसीं इदां ही करी जाओगे उदां ही करी जाओगे, असीं मुलाजम भरा वा, तुसीं क्यों आ, तुसीं उदां आ उदां वा। ठीक है जी। इन्ने गल दे विच इह आ के फिर बोलन लग पिया, उच्चा बोल होण लग पिया, फिर कहिंदे जी इहदे हत्था पाई हो गई आ। ठीक है जी। ठीक है, इन्होंने हत्था पाई ते भी कोई हमला किया? बिल्कुल, मेरे भी लगी है जी। अपने चौंकी चार साहब नु सब तो पहलो तेन मारिया, उसके बाद फिर अपने मुलाजमान ने फिर। ठीक है जी, एक गलबात हुई है सारी, बाकी तुसी इना ना कर लो गल। खुद मनिया वा की मैं जियो रैंक के बंदे ना इदा गल कर रहा वा। ठीक है ना, कोई भी जियो रैंक का बंदा इदा जियो रैंक का सर मेरी गल जियो रैंक चपेड़ा मार दे होना वो चंगी गल है। पहली गल थोड़ी गलत इंटेंशन सी की मैं इहदी गर्लफ्रेंड आ। ठीक है, मैनू सर पता वा मैं भी मुलाजम आ, 9 साल शराब ने पी दिया, शराब पी दी नहीं जनाब ने पी दी, शराब पी दी माया करा मैं पूरी गल ही नहीं ऐवे गल करी जानी यार, टेंशन भी कोई गल ही नहीं। सखराज तैनू एक बार भी पुछया कि मैडम कौन आ, एक बार भी पुछया मेरी गल से तू गल की पिछे चपेड़ा मारन डे पे यार, किदा गल आ करी जांदे यार। तैनू एक बार भी पुछया मैडम तेरा आई कार्ड मंगया, आई कार्ड सारा कम छुत्र पटोला करके फिर मंगया तुसीं वीरे यार, तू जोन बनाउणा बना लै यार, गल खत्म कर। ठीक है, जो तू करना तू कर लिया। ठीक है,